ਇਸ ਯੂਅਰ ਬੋਰੀ ਹੋਰੀ ਬਾਬਾ। ਮੈਨੂੰ ਕੋਈ ਦਵਾ ਨਹੀਂ ਦਿੱਤੀ ਜਾ ਰਹੀ ਹੈ। ਕੋਈ ਚਾਹੁੰਦਾ ਕਿ ਉਹਨੂੰ ਕੋਰੋਨਾ ਵਾਇਰਸ ਹੋਵੇ ਜਾਂ ਕੋਵਿਡ-19 ਹੋਵੇ। ਜਾਨਵਰਾਂ ਨਾਲੋਂ ਬਦਤਰ ਸਲੂਕ ਭਾਈ ਨਿਰਮਲ ਸਿੰਘ ਜੀ ਨਾਲ ਕੀਤਾ। ਮੈਂ ਪੁੱਛਣਾ ਚਾਹੁੰਦਾ ਸਰਕਾਰੀ ਮੁਲਾਜ਼ਮ ਦੀ ਕੀ ਜ਼ਰੂਰਤ ਸੀ ਕਿ ਐਡੀ ਸਤਿਕਾਰਯੋਗ ਹਸਤੀ ਜਿਹਨੇ ਹਮੇਸ਼ਾ ਗੁਰੂ ਸਾਹਿਬ ਦਾ ਪ੍ਰਚਾਰ ਦਾ ਮੌਕਾ ਦਿੱਤਾ ਹੋਵੇ ਉਹਦਾ ਸੰਸਕਾਰ ਹੋਣ ਤੋਂ ਰੋਕਿਆ ਗਿਆ। ਦੋਸਤੋ, ਜਿਵੇਂ ਆਪਾਂ ਜਾਣਦੇ ਹਾਂ ਕਿ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਾਹਾਕਾਰ ਮਚਾਈ ਹੋਈ ਹੈ ਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਵੀ ਹੁਣ ਤੱਕ ਲਗਭਗ 5 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਆ। ਤੇ ਦੋਸਤੋ, ਪਿਛਲੀ ਦਿਨੀ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮੌਤ ਨਾਲ ਬਹੁਤ ਵੱਡੇ ਸਵਾਲ ਵੀ ਖੜੇ ਹੋ ਗਏ। ਤੇ ਦੋਸਤੋ, ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਨੇ ਸਰਕਾਰ ਤੋਂ ਕੈਪਟਨ ਅਮਰਿੰਦਰ ਸਿੰਘ ਤੋਂ ਕੁਝ ਸਵਾਲ ਪੁੱਛੇ ਤੇ ਉਹਨਾਂ ਨੇ ਨਾਲ ਦੀ ਨਾਲ ਦੁੱਖ ਵੀ ਪ੍ਰਗਟਾਇਆ। ਜਿਸ ਤਰ੍ਹਾਂ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਜੋ ਸਹੀ ਤਰ੍ਹਾਂ ਉਹਨਾਂ ਨੇ ਕਿਹਾ ਕਿ ਕੇਅਰ ਨਹੀਂ ਕੀਤੀ ਗਈ, ਸੋ ਉਹਨਾਂ ਨੇ ਸਖਤੀ ਨਾਲ ਕੁਝ ਗੱਲਾਂ ਕਰਦੇ ਹੋਏ ਸਰਕਾਰ ਨੂੰ ਵੱਡੇ ਸਵਾਲ ਕੀਤੇ ਆ। ਸੋ ਆਓ ਸਭ ਤੋਂ ਪਹਿਲਾਂ ਆਪਾਂ ਬਿਕਰਮਜੀਤ ਸਿੰਘ ਮਜੀਠੀਆ ਦੀ ਇਹ ਲਾਈਵ ਵੀਡੀਓ ਦੇਖ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਹੁਤ ਹੀ ਦੁਖਦਾਈ ਜੋ ਆਡੀਓ ਕਲਿੱਪ ਦਾਸ ਨੂੰ ਸੁਣਨ ਨੂੰ ਮਿਲੀ ਹੈ, ਜਿਹੜੀ ਸਾਡੇ ਸਤਿਕਾਰਯੋਗ ਹਜ਼ੂਰੀ ਰਾਗੀ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਭਾਈ ਨਿਰਮਲ ਸਿੰਘ ਜੀ ਦੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਜੋ ਹੋਈ ਹੈ ਉਹ ਸੁਣ ਕੇ ਮੈਂ ਸਮਝਦਾ ਨਾ ਕੋਈ ਚੁੱਪ ਰਹਿ ਸਕਦਾ, ਔਰ ਐਡੇ ਦਿਲ ਨੂੰ ਹਿਲਾਉਣ ਵਾਲੀ ਗੱਲ ਮੈਂ ਸਮਝਦਾ ਕਿ ਐਡੀ ਦੁਖਦਾਈ ਉਹ ਗੱਲਾਂ ਜੋ ਆਪਸ 'ਚ ਪਰਿਵਾਰ ਨੇ ਕੀਤੀਆਂ, ਜਿੱਥੇ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਆਪ ਆਪਣੇ ਪਰਿਵਾਰ ਨੂੰ ਕਹਿ ਰਹੇ ਆ ਕਿ ਮੇਰਾ ਇਹ ਸਰਕਾਰੀ ਹਸਪਤਾਲ 'ਚ ਕੋਈ ਇਲਾਜ ਨਹੀਂ ਹੋ ਰਿਹਾ, ਮੈਨੂੰ ਕੋਈ ਦਵਾ ਨਹੀਂ ਦਿੱਤੀ ਜਾ ਰਹੀ ਹੈ, ਔਰ ਅਖੀਰ 'ਚ ਰੋ ਰੋ ਕੇ ਕਹਿੰਦੇ ਇਹ ਮੇਰੀ ਅਖੀਰਲੀ ਫਤਿਹ। ਔਰ ਅਗਲੇ ਦਿਨ ਸਵੇਰੇ ਸਾਨੂੰ ਉਹਨਾਂ ਦੀ ਦੁਖਦਾਈ ਖਬਰ ਮਿਲਦੀ ਹੈ ਕਿ ਉਹ ਇਸ ਸੰਸਾਰ ਨੂੰ ਫਾਨੀ ਸੰਸਾਰ ਨੂੰ ਛੱਡ ਕੇ ਸਾਡੇ ਨਾਲੋਂ ਸਦਾ ਵਾਸਤੇ ਵਿਛੜ ਗਏ। ਸਤਸੰਗਤ ਜੀ, ਮੇਰੇ ਪੰਜਾਬ ਸਰਕਾਰ ਨੂੰ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਸਿੱਧੇ ਸਵਾਲ ਨੇ ਕਿ ਅੱਜ ਜੋ ਇਸ ਤਰੀਕੇ ਨਾਲ ਭਾਈ ਨਿਰਮਲ ਸਿੰਘ ਜੀ ਦੇ ਪਰਿਵਾਰ ਦੀ ਇਹ ਆਡੀਓ ਆਈ, ਉਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਜੀ ਜਿਹੜੇ ਪਦਮ ਸ਼੍ਰੀ ਅਵਾਰਡੀ ਹੋਣ, ਸ਼੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹੋਣ, ਐਡੇ ਸਤਿਕਾਰਯੋਗ ਹਸਤੀ ਹੋਣ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪ੍ਰਚਾਰ ਦੁਨੀਆ ਭਰ 'ਚ ਜਾ ਕੇ ਕੀਤਾ ਹੋਵੇ, ਉਸ ਇਨਸਾਨ ਨੂੰ ਜੇ ਇਹ ਨਾਮਰਾਦ ਬਿਮਾਰੀ, ਜੇ ਭਿਆਨਕ ਬਿਮਾਰੀ ਉਹਨਾਂ ਦੇ ਗੱਲ ਲੱਗ ਗਈ ਤਾਂ ਕੀ ਪੰਜਾਬ ਸਰਕਾਰ ਦੀ ਹਮਦਰਦੀ ਕਿਸੇ ਤਰੀਕੇ ਦੀ ਨਹੀਂ ਰਹੂਗੀ ਉਹਨਾਂ ਦੇ ਪਰਿਵਾਰਾਂ ਨੂੰ? ਕੋਈ ਚਾਹੁੰਦਾ ਕਿ ਉਹਨੂੰ ਕੋਰੋਨਾ ਵਾਇਰਸ ਹੋਵੇ ਜਾਂ ਕੋਵਿਡ-19 ਹੋਵੇ? ਸਾਰੇ ਬਚਦੇ ਫਿਰਦੇ ਮਗਰ ਪਤਾ ਨਹੀਂ ਕਿਹਨੂੰ ਹੋ ਜਾਣੀ, ਕਦੋਂ ਹੋ ਜਾਣੀ। ਮਗਰ ਜੇ ਹੋ ਜਾਂਦੀ ਹੈ ਤਾਂ ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ? ਤੁਸੀਂ ਜਾਨਵਰਾਂ ਨਾਲੋਂ ਬਦਤਰ ਸਲੂਕ ਭਾਈ ਨਿਰਮਲ ਸਿੰਘ ਜੀ ਨਾਲ ਕੀਤਾ, ਔਰ ਸਭ ਤੋਂ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਸਰਕਾਰ ਨੂੰ ਕਿ ਉਹਨਾਂ ਦਾ ਸੰਸਕਾਰ ਰੋਕਣ ਵਾਲਾ ਇੱਕ ਕਾਂਗਰਸੀ ਕਾਊਂਸਲਰ, ਸਰਕਾਰੀ ਮੁਲਾਜ਼ਮ ਹੈ, ਮਾਸਟਰ ਲੱਗਿਆ ਉਹ ਪਿੰਡ ਸ਼ਹਿਜ਼ਾਦੇ ਦਾ, ਉਹ ਟੀਚਰ ਹੈ ਜਿਸ ਸਕੂਲ 'ਚ ਉਹ ਕਦੇ ਜਾਂਦਾ ਨਹੀਂ, ਮੈਂ ਪੁੱਛਣਾ ਚਾਹੁੰਦਾ ਸਰਕਾਰੀ ਮੁਲਾਜ਼ਮ ਦੀ ਕੀ ਜ਼ਰੂਰਤ ਸੀ ਕਿ ਐਡੀ ਸਤਿਕਾਰਯੋਗ ਹਸਤੀ ਜਿਹਨੇ ਹਮੇਸ਼ਾ ਗੁਰੂ ਸਾਹਿਬ ਦਾ ਪ੍ਰਚਾਰ ਦਾ ਹੌਕਾ ਦਿੱਤਾ ਹੋਵੇ ਉਹਦਾ ਸੰਸਕਾਰ ਹੋਣ ਤੋਂ ਰੋਕਿਆ ਗਿਆ ਔਰ ਸਰਕਾਰ ਉਹਦੇ 'ਚ ਚੁੱਪ ਰਹੀ? ਕੀ ਤੁਸੀਂ ਅੱਜ ਕਾਰਵਾਈ ਕਰੋਗੇ ਇਹੋ ਜਿਹੇ ਕਾਊਂਸਲਰਾਂ ਦੀ ਖਿਲਾਫ਼ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੋ, ਭਾਵੇਂ ਕਿਸੇ ਪਾਰਟੀ ਨਾਲ ਸੰਬੰਧਿਤ ਹੋ? ਕੀ ਤੁਸੀਂ ਨਿਖੇਧੀ ਕਰਦੇ ਹੋ? ਜੇ ਨਿਖੇਧੀ ਕਰਦੇ ਹੋ ਤੇ ਸਾਡਾ ਫਰਜ਼ ਨਹੀਂ ਬਣਦਾ ਇਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਨਾ? ਕੀ ਸਾਡਾ ਫਰਜ਼ ਨਹੀਂ ਬਣਦਾ ਕਾਨੂੰਨ ਲਾਗੂ ਕਰਨਾ? ਮੇਰੀ ਪਹਿਲੀ ਮੰਗ ਕਿ ਜਿਸ ਇਨਸਾਨ ਨੇ ਅੰਤਿਮ ਸੰਸਕਾਰ ਜੀ ਦਾ ਹੋਵੇ, ਕੀ ਉਹਨਾਂ ਦੀ ਲਾਸ਼ ਪਈ ਹੋਵੇ ਉੱਥੇ ਉਹਨਾਂ ਦਾ ਸੰਸਕਾਰ ਨਾ ਹੋਣ ਦਿੱਤਾ ਜਾਵੇ? ਔਰ ਰੋਕਣ ਵਾਲਾ ਕੌਣ? ਇੱਕ ਸਰਕਾਰੀ ਮੁਲਾਜ਼ਮ, ਇੱਕ ਕਾਂਗਰਸੀ ਕਾਊਂਸਲਰ। ਕੀ ਤੁਸੀਂ ਉਹਦੇ ਖਿਲਾਫ਼ ਕਾਰਵਾਈ ਕਰੋਗੇ ਕਿ ਨਹੀਂ ਕਰੋਗੇ? ਜੇ ਨਹੀਂ ਕਰੋਗੇ ਤੇ ਤੁਹਾਡੀ ਮਨਸ਼ਾ ਸਾਫ਼ ਹੋਊਗੀ। ਨਿਰਾ ਦੂਜਾ ਸਵਾਲ, ਹਸਪਤਾਲ 'ਚ ਅੱਜ ਉਹਦੇ ਬੱਚੇ ਦੀ ਵੀਡੀਓ ਆਈ, ਭਤੀਜੇ ਦੀ ਵੀਡੀਓ ਆਈ, ਜਿਹੜਾ ਉਹਨਾਂ ਦਾ ਨਾਲ ਦਾ ਸਾਥੀ ਹੈ ਦਰਸ਼ਨ ਸਿੰਘ ਖਾਲਸਾ। ਔਰ ਖਾਲਸਾ ਜੀ, ਜਿਹੜੀ ਉਹ ਜਗਪ੍ਰੀਤ ਦੀ ਵੀਡੀਓ ਹੈ ਜਿਹਦੇ 'ਚ ਉਹ ਕਹਿੰਦਾ ਮੇਰੇ ਬੱਚੇ ਨੂੰ ਟੈਂਪਰੇਚਰ ਹੋ ਗਿਆ ਸੀ ਅਤੇ ਮੈਂ ਹਸਪਤਾਲ 'ਚੋਂ
ਨਰਸ ਨੂੰ ਬੁਲਾਇਆ ਔਰ ਨਰਸ ਨੂੰ ਕਿਹਾ ਕਿ ਇਹਦਾ ਟੈਂਪਰੇਚਰ ਚੈੱਕ ਕਰ ਲਓ। ਅੱਗਿਓਂ ਨਰਸ ਦਾ ਜਵਾਬ ਸੀ ਕਿ ਸਾਡੇ ਕੋਲ ਤਾਂ ਥਰਮਾਮੀਟਰ ਹੀ ਨਹੀਂ, ਔਰ ਜਿੱਥੇ ਹਲੇ ਤੁਹਾਡੇ ਕੋਲ 10-20 ਕੋਵਿਡ ਦੇ ਸਸਪੈਕਟਡ ਕੇਸ ਨੇ ਜਾਂ ਕੇਸ ਨੇ, 5-6 ਪੋਜ਼ਿਟਿਵ ਕੇਸ ਨੇ ਅੰਮ੍ਰਿਤਸਰ ਸਾਹਿਬ ਵਰਗੇ ਹਸਪਤਾਲ 'ਚ, ਅਤੇ ਜੇ ਕਿਤੇ ਇੱਥੇ 100 ਆ ਜਾਵੇ ਜਾਂ 200 ਆ ਜਾਵੇ, ਤੁਹਾਡਾ ਤਾਂ ਸਟਾਫ ਫਿਰ ਕਰੂਗਾ ਕੀ ਉੱਥੇ? ਔਰ ਇਹ ਆਮ ਚਰਚਾ ਦਾ ਵਿਸ਼ੇ ਬਣ ਰਿਹਾ ਕਿ ਜਿਹੜੀ PPE ਕਿੱਟ ਹੈ, ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਜਿਹੜਾ ਕਹਿੰਦੇ ਜਿਹਨੂੰ, ਉਹ ਕਿੱਟ ਅਵੇਲੇਬਲ ਹੀ ਨਹੀਂ ਕਰਾਈਆਂ ਤੁਸੀਂ ਹਸਪਤਾਲ 'ਚ। ਕੋਈ ਡਰਦਾ ਡਾਕਟਰ ਨਰਸ, ਔਰ ਮੈਂ ਉਹਨਾਂ ਦੀ ਗਲਤੀ ਨਹੀਂ ਕਰਦਾ ਕਿਉਂਕਿ ਸੁਭਾਵਿਕ ਹੈ, PPE ਕਿੱਟ ਤੁਹਾਡਾ ਸਰਕਾਰ ਦਾ ਦੇਣ ਦਾ ਫਰਜ਼ ਹੈ, ਮਗਰ ਜੇ ਉਹ ਕਿੱਟ ਹੀ ਅਵੇਲੇਬਲ ਨਹੀਂ ਹੋਊਗੀ ਤਾਂ ਕਿਹੜਾ ਡਾਕਟਰ ਜਾਂ ਨਰਸ ਆਪਦੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਪੇਸ਼ੈਂਟਸ ਦਾ ਇਲਾਜ ਕਰੂਗਾ? ਇਸ ਲਈ ਇਹ ਸਾਰੇ ਤੁਹਾਡੇ ਵਹਿਦੇ ਸਾਹਿਬ ਬਲਬੀਰ ਸਿੰਘ ਜੀ ਸਿੱਧੂ ਸਾਹਿਬ ਖੋਖਲੇ ਹੋ ਰਹੇ ਆ, ਔਰ ਖੋਖਲੇ ਅਸੀਂ ਨਹੀਂ, ਅਸੀਂ ਇਹਦੇ 'ਚ ਵਿਰੋਧ ਨਹੀਂ ਕਰ ਰਹੇ, ਆਪੋਜੀਸ਼ਨ ਨਹੀਂ ਕਰ ਰਹੇ, ਇਹ ਵਹਿਦੇ ਤੁਹਾਡੇ ਖੋਖਲੇ ਜਿਹੜੇ ਉੱਥੋਂ ਦੇ ਪੇਸ਼ੈਂਟ ਨੇ, ਔਰ ਇੱਕ ਪਦਮ ਸ਼੍ਰੀ ਅਵਾਰਡੀ ਦਾ ਪਰਿਵਾਰ ਉਹਨਾਂ ਵਹਿਦਿਆਂ ਨੂੰ ਖੋਖਲੇ ਕਰ ਰਿਹਾ। ਉਹਨੇ ਦੱਸਿਆ ਕਿ ਇਹ ਅਸੀਂ ਪਿਛਲੇ 24 ਘੰਟੇ ਤੋਂ ਇਸ ਹਸਪਤਾਲ 'ਚ ਹਾਂ, ਔਰ ਇਹ ਹਸਪਤਾਲ 'ਚ ਇੰਨੀ ਗੰਦਗੀ ਹੈ, ਸਰਕਾਰੀ ਹਸਪਤਾਲ 'ਚ ਇੰਨਾ ਗੰਦਾ ਕਿ ਚੰਗਾ ਭਲਾ ਬੰਦਾ ਵੀ ਇੱਥੇ ਬਿਮਾਰ ਹੋ ਜੂਗਾ। ਤੁਸੀਂ ਹੁਣ ਤਾਂ ਹੌਕਾ ਦਿੰਦੇ ਹੋ ਕਿ ਅਸੀਂ 12,000 ਪਿੰਡਾਂ 'ਚ, ਜੋ ਮੈਂ ਨਹੀਂ ਵੇਖਿਆ, ਮਗਰ ਤੁਸੀਂ ਕਹਿੰਦੇ ਹੋ ਕਿ ਚਲੋ ਅਸੀਂ ਮੰਨ ਲੈਂਦੇ ਹਾਂ, ਅਸੀਂ ਇਸ ਮੌਕੇ 'ਤੇ ਤੁਹਾਨੂੰ ਸਵਾਲ ਨਹੀਂ ਕਰਨਾ ਚਾਹੁੰਦੇ ਕਿ ਤੁਸੀਂ ਸਾਰੇ ਪਿੰਡਾਂ ਨੂੰ ਸੈਨੀਟਾਈਜ਼ ਕਰਤਾ, ਤੁਹਾਡੇ ਤੋਂ ਇੱਕ ਵਾਰਡ ਨਹੀਂ ਸੈਨੀਟਾਈਜ਼ ਹੋ ਰਿਹਾ। ਉਹ ਆਪ ਬਿਆਨ ਕਰ ਰਿਹਾ ਜਿਹੜੇ ਉੱਥੇ ਕੋਵਿਡ ਦੇ ਸਸਪੈਕਟਡ ਕੇਸ ਨੂੰ, ਆਪ ਦੱਸ ਰਹੇ ਕਿ ਇੱਥੇ ਕੋਈ ਸੈਨੀਟੇਸ਼ਨ ਨਾ ਦੀ ਚੀਜ਼ ਨਹੀਂ। ਇੰਨੇ ਮਾੜੇ ਹਾਲਾਤ, ਸ਼ਾਇਦ ਜਾਨਵਰਾਂ ਨੂੰ ਵੀ ਇਹਨਾਂ ਹਾਲਾਤਾਂ 'ਚ ਨਹੀਂ ਰੱਖਿਆ ਜਾਂਦਾ। ਔਰ ਅਖੀਰਲੀ ਜਿਹੜੀ ਗੱਲ, ਜਿਹੜੀ ਤਸਵੀਰ ਸਾਹਮਣੇ ਆ ਗਈ, ਤੁਹਾਡੇ ਹੈਲਥ ਮਿਨਿਸਟਰ ਬਲਬੀਰ ਸਿੱਧੂ ਦੇ ਸਾਰੇ ਜਿਹੜੇ ਦਾਅਵੇ ਨੇ ਖੋਖਲੇ ਹੋ ਗਏ, ਔਰ ਅੱਜ ਮੈਂ ਡਿਮਾਂਡ ਕਰਦਾ ਇਹ ਗੱਲ ਕਿ ਬਲਬੀਰ ਸਿੰਘ ਸਿੱਧੂ ਸ਼ੁੱਡ ਬੀ ਬੁੱਕਡ ਹੈਲਥ ਮਿਨਿਸਟਰ, ਤੁਹਾਡਾ ਉਹਦੇ ਖਿਲਾਫ ਪਰਚਾ ਦਰਜ ਹੋਵੇ, ਕਾਰਵਾਈ ਹੋਵੇ ਉਹਨਾਂ ਸਾਰਿਆਂ ਦੇ ਖਿਲਾਫ ਹੋਵੇ ਜਿਨ੍ਹਾਂ ਨੇ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਅਵਾਰਡੀ ਦਾ ਇਹ ਹਾਲ ਤੁਸੀਂ ਕਰ ਰਹੇ ਹੋ। ਸਧਾਰਨ ਜਿਹੜੇ ਮਰੀਜ਼ ਨੇ ਉਹਨਾਂ ਦਾ ਹਾਲ ਕੀ ਹੋ ਰਿਹਾ ਹੋਣਾ? ਮੇਰੀ ਸਾਡੇ ਸਤਿਕਾਰਯੋਗ MLA ਬਲਦੇਵ ਖਹਿਰਾ ਸਾਹਿਬ ਨਾਲ ਵੀ ਗੱਲ ਹੋਈ, ਜਿਹੜੇ ਕੁਛ ਕੇਸ ਉਹ ਕੋਵਿਡ ਪੋਜ਼ਿਟਿਵ ਪਾਏ ਗਏ ਆ ਨਵਾਂ ਸ਼ਹਿਰ ਦੇ ਪਿੰਡਾਂ ਦੇ, ਉਹਨਾਂ ਦੇ ਹਲਕੇ ਨਾਲ ਸੰਬੰਧਿਤ ਨੇ, ਔਰ ਮੈਨੂੰ ਉਹ ਆਪ ਦੱਸ ਰਹੇ ਸੀ ਕਿ ਕਹਿੰਦੇ ਜੀ ਉਹਨਾਂ ਪਿੰਡਾਂ 'ਚ ਕਿਸੇ ਤਰੀਕੇ ਦੀ ਸਪਲਾਈ ਹੋਣ ਹੀ ਨਹੀਂ ਦਿੱਤੀ ਜਾ ਰਹੀ, ਸਰਕਾਰੀ ਤੌਰ 'ਤੇ ਕੋਈ ਮਦਦ ਨਹੀਂ। ਲੋਕ ਰਲ ਮਿਲ ਕੇ ਆਪਣੀ ਜੋ ਮਦਦ ਕਰ ਰਹੇ ਉਹ ਕਰ ਰਹੇ ਆ, ਤੁਹਾਡੀ ਸਰਕਾਰ ਵੱਲੋਂ ਉੱਥੇ ਕੋਈ ਕਾਰਵਾਈ ਨਹੀਂ। ਹਾਂ, ਇੱਕ ਕੰਮ ਜ਼ਰੂਰ ਕੀਤਾ ਕਿ ਤੁਹਾਡੇ DGP ਸਾਹਿਬ ਨੇ ਉਸ ਪਿੰਡ ਦੇ ਬਲਦੇਵ ਸਿੰਘ ਨੂੰ ਜਾਂ ਬਲਦੇਵ ਸਿੰਘ ਦੇ ਉਹ ਪਿੰਡ ਵਾਲਿਆਂ ਨੂੰ ਕਿਸ ਤਰੀਕੇ ਨਾਲ ਉਹ ਗਾਣਾ ਸ਼ੇਅਰ ਕਰਕੇ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ? ਕੋਈ ਚਾਹੁੰਦਾ ਕੈਪਟਨ ਸਾਹਿਬ ਇਹ ਬਿਮਾਰੀ ਦਾ ਸ਼ਿਕਾਰ ਹੋਣਾ? ਕੋਈ ਚਾਹੁੰਦਾ ਕਿ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਵੇ? ਨਹੀਂ। ਔਰ ਮੈਂ ਅੱਜ ਅਪੀਲ ਕਰਦਾ ਕਿ ਥੋੜ੍ਹਾ ਇਨਸਾਨੀਅਤ ਵਿਖਾਓ, ਥੋੜ੍ਹੀ ਹਮਦਰਦੀ ਵਿਖਾਓ। ਕੋਈ ਪਤਾ ਨਹੀਂ ਕੱਲ੍ਹ ਕਿਹਨੂੰ ਇਹ ਬਿਮਾਰੀ ਨਾ ਮਰਾਦ ਬਿਮਾਰੀ ਕਿਹਦੇ ਗੱਲ ਪੈ ਜੂਗੀ, ਅਤੇ ਕੀ ਉਹਨਾਂ ਨਾਲ ਜਾਨਵਰਾਂ ਵਾਲਾ ਸਲੂਕ ਹੋਊਗਾ? ਕੀ ਸਰਕਾਰਾਂ ਦੀ ਅੱਜ ਕੋਈ ਜ਼ਿੰਮੇਵਾਰੀ ਨਹੀਂ ਰਹਿ ਗਈ? ਇਸ ਲਈ ਮੈਂ ਡਿਮਾਂਡ ਕਰਦਾ ਕਿ ਜੇ ਇਸ ਹਸਪਤਾਲ ਨੇ ਸਤਿਕਾਰਯੋਗ ਗੁਰੂ ਨਾਨਕ ਨਾਮ ਲੇਵਾ ਜਿਹੜੇ ਭਾਈ ਸਾਹਿਬ, ਭਾਈ ਸਤਿਕਾਰਯੋਗ ਭਾਈ ਨਿਰਮਲ ਸਿੰਘ ਜੀ ਪਦਮ ਸ਼੍ਰੀ ਅਵਾਰਡੀ, ਜਿਨ੍ਹਾਂ ਦਾ ਬਿਲਕੁਲ ਧਿਆਨ ਨਹੀਂ ਕੀਤਾ, ਜਿਨ੍ਹਾਂ ਦੇ ਮਾੜੇ ਪ੍ਰਬੰਧਾਂ ਕਰਕੇ ਅੱਜ ਉਹ ਸਾਡੇ ਕੋਲ ਨਹੀਂ ਰਹੇ, ਔਰ ਉਹਨਾਂ ਦਾ ਪਰਿਵਾਰ ਇਸ ਗੱਲ ਦਾ ਦੁਹਾਈਆਂ ਪਾ ਰਿਹਾ, ਕੀ ਤੁਸੀਂ ਆਪਦੇ ਹੈਲਥ ਮਿਨਿਸਟਰ ਔਰ ਜਿਨ੍ਹਾਂ ਲੋਕਾਂ ਨੇ ਵੀ ਉਸ ਬਿਮਾਰੀ ਵੇਲੇ ਉਹਨਾਂ ਦਾ ਸਾਥ ਨਹੀਂ ਦਿੱਤਾ, ਉਹਨਾਂ ਦੇ ਖਿਲਾਫ਼ ਕਾਰਵਾਈ ਕਰੋਗੇ? ਔਰ ਵੱਡੀ ਗੱਲ ਮੈਂ ਅੱਜ ਤੁਹਾਨੂੰ ਦੱਸਦਾ, ਮੈਂ ਤੁਹਾਡੇ DC ਸਾਹਿਬ ਨਾਲ ਗੱਲ ਕੀਤੀ ਅੰਮ੍ਰਿਤਸਰ ਵਾਲਿਆਂ ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਨਾਲ, ਕਿ DC ਸਾਹਿਬ ਇਹ ਹਾਲਾਤ ਬਣੇ ਪਏ ਆ ਤੁਹਾਡੇ ਹਸਪਤਾਲ ਦੇ, ਜੇ COVID-19 ਤੇ ਅੱਗੇ ਮੈਂਟਲੀ ਬੰਦਾ ਡਿਸਟਰਬ ਹੋ ਜਾਂਦਾ, ਬਿਮਾਰੀ ਐਡੀ ਖਤਰਨਾਕ, ਔਰ ਤੁਸੀਂ ਤੁਹਾਡੀ ਸਰਕਾਰ ਉਹਨਾਂ ਨਾਲ ਹਮਦਰਦੀ ਕਰਨ ਦੀ ਜਗ੍ਹਾ ਉਹਨਾਂ ਨੂੰ ਜਾਨਵਰਾਂ ਵਾਂਗੂ ਟ੍ਰੀਟ ਕਰਦੀ ਹੈ, ਮੈਂ ਨਹੀਂ ਸਮਝਦਾ ਇਹ ਆਜ਼ਾਦ ਦੇਸ਼ ਦੀ ਔਰ ਅੱਜ ਦੇ ਹਾਲਾਤਾਂ 'ਚ ਕੋਈ ਬਰਦਾਸ਼ਤ ਕਰੂਗਾ। ਇਸ ਲਈ ਮੇਰੀ ਤੁਹਾਡੇ ਕੋਲ ਅਪੀਲ ਹੈ ਕਿ ਕੋਈ ਸਖਤੀ ਨਾਲ ਇਸ 'ਤੇ ਕਾਰਵਾਈ ਕਰੋ ਕਿ ਗਾਂਹ ਕੋਈ COVID-19 ਦੇ ਪੇਸ਼ੈਂਟਸ ਨਾਲ, ਕੋਰੋਨਾ ਵਾਇਰਸ ਦੇ ਪੇਸ਼ੈਂਟਸ ਨਾਲ ਇਸ ਤਰੀਕੇ ਦੀ ਬਦਸਲੂਕੀ ਨਾ ਹੋਵੇ। ਔਰ ਮੈਨੂੰ ਇੰਗਲੈਂਡ ਤੋਂ ਫੋਨ ਆ ਰਹੇ ਹੈ ਕਿ ਉਹਨਾਂ ਦਾ ਪਰਿਵਾਰ ਜਿੱਥੇ ਰਹਿੰਦਾ ਹੈ ਅੰਮ੍ਰਿਤਸਰ ਸਾਹਿਬ 'ਚ, ਉੱਥੇ ਭਾਈ ਨਿਰਮਲ ਸਿੰਘ ਦੇ ਪਰਿਵਾਰ ਨੂੰ ਰੋਟੀ ਪਾਣੀ ਦੇ ਪ੍ਰਬੰਧ ਤੱਕ ਨਹੀਂ ਉੱਥੇ ਤੱਕ ਪਹੁੰਚਾਇਆ ਜਾ ਰਿਹਾ। ਮੈਨੂੰ ਨਹੀਂ ਪਤਾ ਉਹ ਗੱਲ ਸੱਚੀ ਹੈ ਕਿ ਝੂਠੀ, ਕਿਉਂਕਿ ਮੈਂ ਫੋਨ ਮਿਲਾਏ, ਮੇਰੀ ਗੱਲ ਨਹੀਂ ਹੋ ਸਕੀ, ਮੈਂ ਸਵੇਰ ਤੱਕ ਇਸ ਗੱਲ ਦੀ ਪੁਸ਼ਟੀ ਕਰਾਂਗਾ, ਮਗਰ ਅੱਜ ਉਹ ਆਡੀਓ ਕਲਿੱਪ
ਭਾਈ ਨਿਰਮਲ ਸਿੰਘ ਦੀ ਜਿਹੜੀ ਅਖੀਰਲੀ ਆਡੀਓ ਕਲਿੱਪ ਹੈ ਜਿਹਦੇ 'ਚ ਉਹ ਆਪ ਕਹਿੰਦੇ ਆ ਕਿ ਹਸਪਤਾਲ ਦੇ ਇੰਨੇ ਮਾੜੇ ਪ੍ਰਬੰਧ ਆ ਔਰ ਮੈਂ ਨਹੀਂ ਲੱਗਦਾ ਮੈਂ ਬਚੂੰਗਾ ਔਰ ਆਪ ਦੇ ਪਰਿਵਾਰ ਨੂੰ ਫਤਿਹ ਬੁਲਾਉਂਦੇ ਹੋ ਪਰਿਵਾਰ ਰੋ ਰਿਹਾ ਮੈਂ ਮਹਿਸੂਸ ਕਰਦਾ ਕਿ ਜੇ ਤੁਹਾਡੇ 'ਚ ਮਾੜਾ ਜਿਹਾ ਵੀ ਇਨਸਾਨੀ ਕੋਈ ਦਰਦ ਹੋਊਗਾ ਤੁਸੀਂ ਉਸ ਪਰਿਵਾਰ ਦੇ ਦਰਦ ਨੂੰ ਮਹਿਸੂਸ ਕਰਦਿਆਂ ਹੋਇਆ ਉਹਨਾਂ ਨੂੰ ਇਨਸਾਫ਼ ਦਿਓਗੇ ਜਿਨ੍ਹਾਂ ਨਾਲ ਉਹਨਾਂ ਨਾਲ ਬੇਇਨਸਾਫ਼ੀ ਕੀਤੀ ਉਹਨਾਂ ਦੇ ਖਿਲਾਫ਼ ਕਾਰਵਾਈ ਕਰੋਗੇ ਇਸ ਲਈ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਤੁਹਾਡੇ ਤੋਂ ਇਹ ਮੰਗ ਕਰਦਾ ਦੈਟ ਪਲੀਜ਼ ਟੇਕ ਸਟ੍ਰਿਕਟ ਐਕਸ਼ਨ ਅਗੇਂਸਟ ਦਿਸ ਬਾਰਬੈਰਿਕ ਐਕਟ ਆਫ ਯੋਰ ਇਰਰਿਸਪੋਨਸੀਬਲ ਪੀਪਲ ਜਿਨ੍ਹਾਂ ਦੀ ਸਾਰਿਆਂ ਦੇ ਸਾਹਮਣੇ ਗੱਲ ਆਈ ਹੈ ਬਹੁਤ ਬਹੁਤ ਧੰਨਵਾਦ ਦੋਸਤੋ ਜਿਵੇਂ ਤੁਸੀਂ ਬਿਕਰਮਜੀਤ ਸਿੰਘ ਮਜੀਠੀਆ ਦੀ ਇਹ ਲਾਈਵ ਵੀਡੀਓ ਦੇਖੀ ਜਿਸ ਵਿੱਚ ਉਹਨੇ ਸਰਕਾਰ ਤੋਂ ਕਾਫੀ ਸਵਾਲ ਕੀਤੇ ਕਿ ਇਸ ਤਰ੍ਹਾਂ ਜੇਕਰ ਹੋ ਰਿਹਾ ਤਾਂ ਇਹ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇੱਕ ਪਦਮ ਸ਼੍ਰੀ ਰਾਗੀ ਭਾਈ ਨਿਰਮਲ ਸਿੰਘ ਦਾ ਇਲਾਜ ਸਹੀ ਤਰ੍ਹਾਂ ਨਹੀਂ ਹੋਇਆ ਤਾਂ ਆਮ ਬੰਦੇ ਦੇ ਹਾਲਾਤ ਉੱਥੇ ਕਿਸ ਤਰ੍ਹਾਂ ਦੇ ਹੋਣਗੇ ਸੋ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਇਹ ਸਿਹਤ ਸੇਵਾਵਾਂ ਇਹਨਾਂ ਵਿੱਚ ਜਲਦੀ ਤੋਂ ਜਲਦੀ ਸੁਧਾਰ ਕੀਤਾ ਜਾਵੇ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਜੋ ਬਿਕਰਮਜੀਤ ਸਿੰਘ ਮਜੀਠੀਆ ਨੇ ਗੱਲਾਂ ਕੀਤੀਆਂ ਕਿ ਤੁਸੀਂ ਉਹਨਾਂ ਨਾਲ ਸਹਿਮਤ ਹੋ ਜੇਕਰ ਸਹਿਮਤ ਹੋ ਤਾਂ ਦੋਸਤੋ ਆਪਣੇ ਵਿਚਾਰ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਜ਼ਰੂਰ ਦਿਓ ਅਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਇੰਨੇ ਸ਼ਬਦ ਨਾਲ ਲੈਂਦੇ ਹਾਂ ਜੀ ਅੱਜ ਤੋਂ ਸਤਿ ਸ਼੍ਰੀ ਅਕਾਲ ਜੀ